ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਕਚੂਰਾ ਟੀਚ 2.0 ਦੇ ਵਿੱਚ। ਬੱਚੋ, ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜਮਾਤ 11ਵੀਂ ਦਾ ਜਨਰਲ ਇੱਕ ਦਾ ਪੇਪਰ ਲੈ ਕੇ ਆਏ ਹਾਂ, ਠੀਕ ਹੈ, ਜੋ ਕਿ ਪਾਰਟ ਆਪਣਾ ਥਰਡ ਹੈ। ਠੀਕ ਹੈ, ਇਹ ਆਪਣਾ ਪਾਰਟ ਕਿਹਨੂੰ ਆਇਆ, ਥਰਡ, ਠੀਕ ਹੈ, ਕਿਉਂਕਿ ਪਾਰਟ 1 ਅਤੇ 2 ਆਪਾਂ ਆਲਰੇਡੀ ਅਪਲੋਡ ਕਰ ਚੁੱਕੇ ਹਾਂ। ਠੀਕ ਹੈ, ਇਹ ਆਪਣਾ ਹੈਗਾ ਆ ਪਾਰਟ ਥਰਡ, ਠੀਕ ਹੈ, ਥਰਡ ਪਾਰਟ। ਸੋ ਸਾਰੇ ਜਣੇ ਦੇਖ ਸਕਦੇ ਹੋ, ਟੋਟਲ ਮਾਰਕਸ 80 ਆ, ਸਮਾਂ 3 ਘੰਟੇ, ਰੀਡਿੰਗ ਕੰਪਰੇਸ਼ਨ, ਸਾਰਾ ਹੀ ਪੇਪਰ ਤੁਹਾਨੂੰ ਨਾਲ ਦੀ ਨਾਲ ਦੱਸਿਆ ਜਾਵੇਗਾ, ਪੂਰਾ ਅਟੈਂਪਟੇਸ਼ਨ ਕਿੱਦਾਂ ਕਰਨੀ ਆ। ਠੀਕ ਹੈ, ਸੋ ਦੇਖ ਸਕਦੇ ਹੋ, ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਕੀ ਹੈ ਇੱਥੇ ਆਇਆ ਹੋਇਆ ਆ ਇੱਕ ਪੈਸੇਜ, ਜੋ ਕਿ ਆਪਣਾ ਹੈਗਾ ਆ 10 ਮਾਰਕਸ ਦਾ। ਠੀਕ ਹੈ, ਜਿਹਦੇ ਵਿੱਚ ਆਪਾਂ ਨੂੰ ਹੈ ਦ ਸਿਟੀ ਆਫ ਸਵਾਨਾ ਵਾਜ ਐਸਟੈਬਲਿਸ਼ ਇਨ 1730 ਐਂਡ ਵਾਜ ਦਾ ਫਸਟ ਪਲੈਨਡ ਸਿਟੀ ਆਫ ਅਮੈਰੀਕਾ। ਠੀਕ ਹੈ, ਸੋ ਇਹ ਜਿਹੜਾ ਆਪਣੇ ਕੋਲ ਆਇਆ ਹੋਇਆ ਇੱਕ ਪੈਸੇਜ, ਜਿਹਦੇ ਵਿੱਚ ਆਪਾਂ 10 ਕੁਸ਼ਚਨ ਲੱਭ ਕੇ ਕਰਨੇ ਸੀ। ਦੇਖ ਸਕਦੇ ਹੋ, ਕੁਝ ਇਸ ਤਰੀਕੇ ਨਾਲ ਆਪਾਂ ਜਿਹੜਾ ਇਹਦੀ ਆਂਸਰ ਕੀ ਕੀਤੀ ਹੋਈ ਹੈ ਤਿਆਰ। ਬਾਕੀ ਪੇਪਰ ਕਰਾਉਣ ਤੋਂ ਪਹਿਲਾਂ ਜਿੰਨਾ ਬੱਚੇ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਜ਼ਰੂਰ ਕਰ ਲੈਣਾ, ਤਾਂ ਜੋ ਆਉਣ ਵਾਲੇ ਤੁਹਾਡੇ ਜਿਹੜੇ ਜਿੰਨੇ ਵੀ ਇਗਜ਼ਾਮ ਸਾਡੇ ਚੈਨਲ 'ਤੇ ਮਿਲਦੇ ਰਹਿਣ, ਪਲੱਸ ਜਦੋਂ ਤੁਸੀਂ 12ਵੀਂ ਵਿੱਚ ਹੋ ਜਾਣਗੇ ਉਦੋਂ ਵੀ ਤੁਹਾਨੂੰ ਮਿਲਦੇ ਰਹਿਣ ਟਾਈਮ ਟੂ ਟਾਈਮ। ਘੰਟੇ ਦੇ ਬਟਨ ਜਿਹੜਾ ਕਿ ਤੁਸੀਂ ਸਾਰੇ ਜਣੇ ਪ੍ਰੈਸ ਕਰ ਦੇਣਾ। ਠੀਕ ਹੈ, ਉਸ ਤੋਂ ਬਾਅਦ ਇਹ ਜਿਨ੍ਹਾਂ ਨੇ ਅਜੇ ਤੱਕ ਲਾਈਕ ਨਹੀਂ ਕੀਤਾ, ਪਲੀਜ਼ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰ ਦੇਣਾ। ਠੀਕ ਹੈ, ਲਾਈਕ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ, 1 ਲਾਈਕ ਦੀ ਤੁਹਾਡੇ ਅੱਗੇ ਮੰਗ ਕਰਦਾ, ਸਿਰਫ 1 ਲਾਈਕ ਦੀ, ਸਾਰੇ ਜਣੇ 1 ਵਾਰ ਦਬਾ ਕੇ ਲਾਈਕ ਕਰੋ ਦਿਓ। ਠੀਕ ਹੈ, ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਅੱਗੇ ਆਂਸਰ ਆਪਾਂ ਕਿਵੇਂ ਅਟੈਂਪਟ ਕਰਨੇ ਆ। ਦੇਖ ਸਕਦੇ ਹੋ ਆਪਣਾ ਜਿਹੜਾ ਦੂਜਾ ਗਰੁੱਪ ਮੈਂਬਰ ਹੈ ਉਹ ਤੁਹਾਨੂੰ ਦੱਸੇਗਾ ਕਿੱਦਾਂ, ਮਤਲਬ ਕਿ ਪੇਪਰ ਅਟੈਂਪਟ ਕਰਨਾ ਹੈ। ਦੇਖ ਸਕਦੇ ਹੋ ਕਰਵਾਉਣ ਲਈ ਜਾ ਰਿਹਾ, ਅਤੇ ਜੇਕਰ ਤੁਸੀਂ ਨੰਬਰ ਲੈਣਾ ਚਾਹੁੰਦੇ ਹੋ 80 ਵਿੱਚ, 80 ਦਾ ਫੁੱਲ ਵੀਡੀਓ ਨੂੰ ਐਂਡ ਤੱਕ ਵਾਚ ਕਰੋਗੇ ਬਿਨਾਂ ਸਕਿਪ ਕੀਤੇ, 1 ਸੈਕਿੰਡ ਅੱਗੇ 1 ਸੈਕਿੰਡ ਪਿੱਛੇ, ਪੂਰਾ ਐਂਡ ਤੱਕ ਵਾਚ ਕਰਨਾ। ਸੈਕਸ਼ਨ ਏ ਦੇ ਵਿੱਚ ਤੁਹਾਡੇ ਕੋਲ ਸਭ ਤੋਂ ਪਹਿਲਾਂ 2 ਕੰਪਲੀਸ਼ਨ ਦਿੱਤੇ ਜਾਣਗੇ, ਸਭ ਤੋਂ ਪਹਿਲਾਂ ਜਿਹੜਾ 10 ਨੰਬਰ ਦਾ ਹੋਵੇਗਾ, ਅਗਲਾ ਜਿਹੜਾ 6 ਨੰਬਰ ਦਾ ਹੋਵੇਗਾ, ਪੂਰੇ ਤੁਹਾਨੂੰ ਹੱਲ ਕਰਕੇ ਦੇਵਾਂਗੇ। ਅਤੇ ਵੀਡੀਓ ਨੂੰ ਲਾਈਕ ਕਰ ਦਿਓ ਦੋਸਤਾਂ, ਮੇਰੇ ਨਾਲ ਸ਼ੇਅਰ ਕਰ ਦਿਓ। ਚਲੋ ਸਟਾਰਟ ਕਰਦੇ ਹਾਂ ਵੀਡੀਓ, ਸਭ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਤੁਹਾਡੇ ਕੋਲ ਕੁਸ਼ਚਨ ਆਇਆ ਹੋਇਆ, ਅਤੇ ਆਹ ਤੁਹਾਡੇ ਜਿਹੜਾ ਦ ਸਿਟੀ ਆਫ ਸੈਵਨਾ ਵਾਜ ਐਸਟੈਬਲਿਸ਼ ਇਨ 1733 ਐਂਡ ਵਾਜ ਦਾ ਫਸਟ ਪਲੈਨਟ ਸਿਟੀ ਆਫ ਅਮੈਰੀਕਾ। ਠੀਕ ਹੈ, ਇਹ ਸਾਰਾ ਤੁਸੀਂ ਪਹਿਲਾਂ ਪੜ੍ਹ ਲੈਣਾ। ਠੀਕ ਹੈ, ਅਤੇ ਇਸ ਤੋਂ ਬਾਅਦ ਤੁਹਾਡੇ ਜਿਹੜੇ ਥੱਲੇ ਕੁਸ਼ਚਨ ਪੁੱਛੇ ਗਿਆ ਉਹਨਾਂ ਦੇ ਆਂਸਰ ਅਸੀਂ ਜਿਹੜੇ ਸੋਲਵ ਕਰ ਲਿਆ, ਅਤੇ ਇਹ ਹੈਗੀ ਆ PDF ਲਗਭਗ 12 ਪੇਜਾਂ ਦੀ। ਜੇਕਰ ਇਹ PDF ਤੁਹਾਨੂੰ ਚਾਹੀਦੀ ਹੈ ਤਾਂ ਫਿਰ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰ ਲਓ, ਉੱਥੇ ਤੁਹਾਨੂੰ ਮਿਲ ਜਾਏਗੀ ਇੰਨੀ PDF, ਅਤੇ ਇਸ ਵਿੱਚ ਪੂਰਾ ਹੱਲ ਹੈ। ਕੋਈ ਵੀ ਤੁਹਾਨੂੰ ਬਿੰਦੀ ਜਿਹੇ ਅੱਖਰ ਲੱਭਣ ਦੀ ਕੋਸ਼ਿਸ਼ ਨਹੀਂ ਕਰਨੀ ਪਏਗੀ, ਜਾਂ ਬੁੱਕਸ ਫਰੋਲਣ ਦੀ ਤੁਹਾਨੂੰ ਕੋਸ਼ਿਸ਼ ਨਾ ਕਰਨੀ ਪਏਗੀ। ਸਭ ਤੋਂ ਪਹਿਲਾਂ ਕੁਸ਼ਚਨ ਤੁਸੀਂ ਵੇਖ ਸਕਦੇ ਜਿਹੜੇ 6 ਉਹਨਾਂ ਵਿੱਚ ਸਭ ਤੋਂ ਪਹਿਲਾ ਕੁਸ਼ਚਨ ਦਾ ਸਿਟੀ ਆਵਾਜ਼ ਸੈਨਵਾ ਵਾਜ ਐਸਟੈਬਲਿਸ਼ ਆਊ ਇਨ ਦਾ ਈਅਰ 1733। ਇਹ ਸਭ ਤੋਂ ਪਹਿਲੀ ਲਾਈਨ ਦੇ ਵਿੱਚ ਉੱਤਰ ਲਿਖਾ ਵਾਜ਼ ਦੀਆਂ, ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਤੁਸੀਂ ਪੜ੍ਹ ਕੇ ਸਾਰੇ ਆਂਸਰ ਵੇਖ ਲੈਣੇ ਨੇ। ਠੀਕ ਹੈ, ਅਤੇ ਸਕਰੋਲ ਡਾਊਨ ਕਰਕੇ ਤੁਹਾਨੂੰ ਵਿਖਾ ਦਿੰਦੇ ਆਂਸਰ, ਤੁਸੀਂ ਸਿੱਧੇ 7, 8, 9, 10 ਕੁਸ਼ਚਨ ਜਿਵੇਂ। ਠੀਕ ਹੈ, ਅਤੇ 9 ਕੁਸ਼ਚਨ ਦਾ ਰਾਈਟ ਆਂਸਰ ਲਿਖਾ ਹੋਇਆ ਸੈਵਨਾ ਇਜ਼ ਆਲਸੋ ਵਾਜ਼ ਅ ਹੋਸਟਲ ਸਿਟੀ। ਠੀਕ ਹੈ, ਹੋਸਟੈਸ। ਉਸ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਸੈਕਿੰਡ ਕੋਪਰੀਏਸ਼ਨ ਆਇਆ ਬੀ ਦੇ ਵਿੱਚ, ਉਹ ਹੈਗਾ ਤੁਹਾਡਾ ਲੈਸ ਅਬਵੀਅਸਲੀ ਬਟ ਜਸਟ ਅ ਸਿਗਨੀਫਾਈਡ। ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਸਾਡੇ ਚੈਨਲ 'ਤੇ ਇੱਕ ਹੋਰ ਪੇਪਰ ਅਪਲੋਡ ਹੋਣ ਵਾਲਾ, ਜੋ ਇੱਕ ਤਾਂ ਅਪਲੋਡ ਹੋ ਚੁੱਕਿਆ ਹੈ, ਅਤੇ ਉਸ ਦਾ ਦੁਬਾਰਾ ਅਸੀਂ ਸੋਲਵਡ ਪੇਪਰ ਫਿਰ ਦੇਵਾਂਗੇ ਤੁਹਾਨੂੰ, ਕਿਉਂਕਿ ਉਸ ਵਿੱਚ ਅੱਧੇ ਆਂਸਰ ਦੱਸੇ ਗਏ ਸੀ। ਹੁਣ ਜਿਹੜਾ ਦੁਬਾਰਾ ਪੇਪਰ ਆਏਗਾ ਉਹ ਬਿਲਕੁਲ ਰੀਅਲ ਹੋਏਗਾ, ਉਸ ਨੂੰ ਵੀ ਐਂਡ ਤੱਕ ਵਾਚ ਕਰਨਾ। ਠੀਕ ਹੈ, ਤਾਂ ਤੁਹਾਨੂੰ ਚੈਨਲ 'ਤੇ ਮਿਲ ਜਾਏਗਾ, ਉਸ ਦਾ ਫੁੱਲ ਸਲਿਊਸ਼ਨ ਦੇਵਾਂਗੇ। ਉਹ ਵੀਡੀਓ ਮਿਲੇਗੀ ਤੁਹਾਨੂੰ ਅੱਜ ਤਰੀਕ ਹੈਗੀ ਜਿਵੇਂ ਤੁਹਾਡੀ 7 ਮਾਰਚ ਆ, ਤਾਂ ਤੁਹਾਨੂੰ ਮਿਲੇਗੀ ਉਹ ਵੀਡੀਓ 7 ਮਾਰਚ ਰਾਤ ਨੂੰ 7 ਵਜੇ ਮਿਲ ਜਾਏਗੀ। ਠੀਕ ਹੈ, ਤੁਸੀਂ ਚੈਨਲ 'ਤੇ ਚੈੱਕ ਕਰ ਸਕਦੇ ਹੋ ਰਾਤ ਨੂੰ 7 ਵਜੇ 7 ਮਾਰਚ ਨੂੰ ਹੀ, ਅਤੇ ਤੁਹਾਨੂੰ ਉਹ ਚੈਨਲ 'ਤੇ ਵੀਡੀਓ ਮਿਲ ਜਾਏਗੀ, ਉਸ ਨੂੰ ਪੂਰਾ ਐਂਡ ਤੱਕ ਵਾਚ ਕਰ ਲੈਣਾ, ਤੁਹਾਨੂੰ ਉਹਦੇ ਵਿੱਚ ਸਾਰੇ ਆਂਸਰ ਮਿਲ ਜਾਣਗੇ, ਪੂਰਾ ਰੀਅਲ ਪੇਪਰ ਦੇਵਾਂਗੇ। ਤਾਂ ਇਸ ਵਾਲੀ ਆਪਣਾ ਤੁਹਾਡਾ ਜਿਹੜਾ ਦੂਜਾ ਪੈਰਾ ਤੁਸੀਂ ਵੇਖ ਸਕਦੇ ਹੋ। ਠੀਕ ਹੈ, ਇਸਦੇ ਆਂਸਰ ਥੱਲੇ ਕੀਤੇ ਹੋਏ ਅਸੀਂ, ਪਹਿਲਾ ਕੁਸ਼ਚਨ ਸੀ ਵਟ ਵਾਜ ਆਨਸ ਕੰਸਾਈਡਰ ਐਂਡ ਇੰਸੀਡੈਂਟਸ ਫੋਰ ਦਾ ਵੈਲਥ ਇਜ਼ ਦਾ ਫੋਰੇਜ ਐਂਡ ਟਰੈਵਲ ਆ ਜਾਏਗਾ। ਉਸ ਤੋਂ ਬਾਅਦ ਤੁਹਾਡੇ ਕੋਲ ਦੂਜਾ ਕੁਸ਼ਚਨ ਆ ਜਾਏਗਾ, ਇਸਦਾ ਹੈਗਾ ਚੀਪ ਐਰ ਏਅਰਫੇਸਿਸ ਐਂਡ ਪੈਕੇਜ ਹੋਲੀਡੇਜ਼। ਤੀਵੇਂ ਤੀਜਾ ਅਤੇ ਚੌਥਾ ਤੁਸੀਂ ਵੇਖ ਸਕਦੇ ਹੋ, ਮਲਾਂਚ ਮੈਚਿੰਗ ਦਾ ਜਿਹੜੇ ਵਰਡ ਤੁਹਾਡੇ ਉਹ ਤੁਸੀਂ ਵੇਖਦੇ ਐਕਸਪੈਂਸਿਵ ਦਾ ਆ ਜਾਏਗਾ, ਕੋਸਟਲੀ ਐਂਡ ਅਰਨੈਸਟਲੀ ਜ਼ਿਆਦਾ ਸਿੰਸਰਲੀ। ਠੀਕ ਹੈ, ਇਵੇਂ ਤੁਸੀਂ ਅੱਗੇ ਜਿਹੜੇ ਤੁਹਾਡੇ ਕੋਲ ਸੈਕਸ਼ਨ ਬੀ ਹੈ ਅਤੇ ਸੈਕਸ਼ਨ 3, ਇਹ ਤੁਸੀਂ ਖੁਦ ਕਰੋਗੇ, ਇਹ ਵਾਲਾ ਅਸੀਂ ਨਹੀਂ ਕਰਾ ਰਿਹਾ ਤੁਹਾਨੂੰ ਨੋਟਿਸ ਵਾਲਾ, ਬਾਕੀ ਸਾਰਾ ਤੁਹਾਨੂੰ ਕਰਾ ਦਾਂਗੇ ਪੇਪਰ। ਅੰਕਲ ਬਰਥਡੇ ਗਿਫਟ ਵਾਲੀ ਤੁਹਾਨੂੰ ਜਿਹੜੀ ਲੈਟਰ ਹੈ ਤੁਹਾਨੂੰ ਕਰਾ ਦਾਂਗੇ ਅਸੀਂ, ਅਤੇ ਆਹ ਜਿਹੜੀ ਆਹ ਵਾਲੇ ਤੁਸੀਂ ਦੋ ਚੀਜ਼ਾਂ ਕਰ ਲਿਓ। ਠੀਕ ਹੈ, ਉਸ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਟਰਾਂਸਲੇਸ਼ਨ ਆਈ ਹੋਈ ਹੈ, ਟਰਾਂਸਲੇਸ਼ਨ ਤੁਹਾਡੇ ਕੋਲ ਹੈਗੀ ਹੈ, ਮਕਾਨ ਦਿਸ ਹਾਊਸ ਇਜ਼ ਨੋਟ ਫੋਰ ਸੇਲ ਇਸ ਦਾ ਰਾਈਟ ਆਂਸਰ ਆ ਜਾਏਗਾ, ਇਹ ਮਕਾਨ ਵਿਕਾਊ ਹੈ। ਦੂਸਰਾ ਸ਼ੀ ਫੋਰਗਟ ਹਰ ਫਰਸ਼ ਐਟ ਹੋਮ, ਉਹ ਆਪਣਾ ਫਰਸ਼ ਘਰ ਭੁੱਲ ਗਈ। ਤੀਸਰਾ ਪੰਜਾਬੀ ਤੋਂ ਇੰਗਲਿਸ਼ ਬਣਾਉਣਾ ਕਿ ਸਾਡੇ ਲਈ
ਚਾਹ ਬਣਾਵੇਗੀ, ਕੀ ਉਹ ਸਾਡੇ ਲਈ ਚਾਹ ਬਣਾਵੇਗੀ, ਤਾਂ ਰਾਈਟ ਆਂਸਰ ਆਏਗਾ ਏ ਵਿਲ ਸ਼ੀ ਪ੍ਰਿਪੇਅਰ ਟੀਆ ਫੋਰ ਅਸ, ਠੀਕ ਹੈ। ਬੱਚਾ ਰੋ ਰਿਹਾ ਸੀ ਤਾਂ ਬੱਚਾ ਰੋ ਰਿਹਾ ਸੀ, ਰਾਈਟ ਆਂਸਰ ਆਏਗਾ ਬੀ ਦ ਚਿਲਡ ਵਾਜ ਨੋਟ ਕਰਾਇੰਗ, ਠੀਕ ਹੈ। ਉਸ ਤੋਂ ਅੱਗੇ ਤੁਹਾਨੂੰ ਡੂ ਐਜ ਡਾਇਰੈਕਟ ਗ੍ਰਾਮਰ ਵੀ ਤੁਹਾਨੂੰ ਸਾਰੀ ਕਰਾ ਕੇ ਦੇਵਾਂਗੇ। ਗ੍ਰਾਮਰ ਦੇ ਸਭ ਤੋਂ ਪਹਿਲਾਂ ਕੁਸ਼ਚਨ ਤੁਸੀਂ ਡਿਟਰਮਿਨ ਕਰਨਾ, ਬੂਥ ਡੈਸ਼ ਸੂਨ ਆਰ ਵੈਰੀ ਇੰਟੈਲੀਜੈਂਟ, ਇਹਦੇ ਵਿੱਚ ਹੀਜ਼ ਆ ਜਾਏਗਾ। ਤੀਸਰਾ ਦੂਸਰਾ ਹੀ ਗਿਵ ਅਵੇ ਡੈਸ਼ ਮਨੀ ਹੈਡ ਟੂ ਚੈਰਿਟੀ, ਤਾਂ ਦਾ ਲਿਟਲ ਆ ਜਾਏਗਾ ਰਾਈਟ ਆਂਸਰ, ਠੀਕ ਹੈ, ਦਾ ਲਿਟਲ। ਇਸੇ ਤਰ੍ਹਾਂ ਅੱਗੇ ਤੁਸੀਂ ਕਰ ਸਕਦੇ ਹੋ ਮੋਡ ਪ੍ਰੈਪੋਜੀਸ਼ਨ ਆਈ ਹੈਵ ਡੈਸ਼ ਵਰਕ ਅਲੋਟ, ਇਹਦੇ ਵਿੱਚ ਟੂ ਆ ਜਾਏਗਾ। ਇਸ ਤੋਂ ਅੱਗੇ ਤੁਹਾਡੇ ਕੋਲ ਜਿਹੜੇ ਮੋਡਲ ਵੇਖ ਸਕਦੇ ਹੋ ਤੁਸੀਂ, ਫਿਰ ਕਰੈਕਟ ਆਪਸ਼ਨ ਦੱਸਣੀ ਹੈ, ਨਾਊਨਸ ਦੀ ਚੇਂਜ ਤੁਹਾਨੂੰ ਦਿੱਤਾ ਹੁੰਦਾ ਨਾਊਨਸ ਦੱਸਣਾ। ਉਸ ਤੋਂ ਬਾਅਦ ਤੁਹਾਡੇ ਕੋਲ ਟੈਂਸ ਦੱਸਿਆ, ਗੋ ਦਾ ਹੈਵ ਗੋਨ ਲਿਖ ਦੋਗੇ ਤੁਸੀਂ। ਫਿਰ ਤੁਹਾਡੇ ਕੋਲ ਕਰੈਕਟ ਆਪਸ਼ਨ ਦੱਸਣੀ ਹੈ, ਇਸ ਵਿੱਚ ਰਿਮੂਵ ਕਰਨਾ ਟਿਊ ਤਾਂ ਬੀ ਆਪਸ਼ਨ ਰਾਈਟ ਆ ਜਾਏਗੀ, ਇਹਦੇ ਵਿੱਚ ਯੂਜ਼ ਕਰਨਾ ਇਸਦੀ ਟੂ, ਇਹਦੇ ਵਿੱਚ ਏ ਆਪਸ਼ਨ ਰਾਈਟ ਆ ਜਾਏਗੀ। ਤੁਸੀਂ ਇਹਦੇ ਉੱਪਰ ਚੰਗੀ ਤਰੀਕੇ ਨਾਲ ਵਾਚ ਕਰ ਲਓ, ਇਹੀ ਗ੍ਰਾਮਰ ਤੁਹਾਨੂੰ ਪੇਪਰ ਵਿੱਚ ਵੇਖਣ ਨੂੰ ਮਿਲੇਗੀ। 101% ਸ਼ੋਰ ਕਿ ਇਹਦੇ ਵਿੱਚ ਬਹੁਤ ਸਾਰੇ ਵਾਕ ਤੁਹਾਨੂੰ ਵੇਖਣ ਨੂੰ ਮਿਲਣਗੇ, ਅਤੇ ਇਸ ਪੇਪਰ ਦੀ ਗ੍ਰਾਮਰ ਨੂੰ ਚੰਗੀ ਤਰ੍ਹਾਂ ਰੀਡ ਕਰ ਲਓ, ਹਰੇਕ ਚੀਜ਼ ਇੰਪੋਰਟੈਂਟ ਇਸ ਵਿੱਚ ਜਿੰਨੀ ਵੀ ਇੰਪੋਰਟ, ਅਤੇ ਬਹੁਤ ਸਾਰੇ ਪੰਜਾਬ ਦੇ ਸਕੂਲਾਂ ਵਿੱਚ ਇਹੀ ਸੇਮ ਪੇਪਰ ਵੇਖਣ ਨੂੰ ਮਿਲੇਗਾ ਤੁਹਾਨੂੰ। ਅਤੇ ਸੈਕਸ਼ਨ ਸੀ ਦੇ ਵਿੱਚ ਤੁਹਾਡੇ ਕੋਲ ਸਭ ਤੋਂ ਪਹਿਲਾਂ ਜਿਹੜੇ ਕੁਸ਼ਚਨ 5 ਪੁੱਛੇ ਗਏ ਸੈਕਸ਼ਨ ਏ ਦੇ ਵਿੱਚੋਂ, ਠੀਕ ਹੈ। ਉਸ ਦੇ ਵਿੱਚ ਤੁਸੀਂ ਦੱਸਦੇ ਵਾਈ ਵਾਜ਼ਰ ਵੂ ਇਜ਼ ਦਾ ਰਾਈਟਰ ਆਫ ਦ ਚੈਪਟਰ ਦਾ ਪੋਰਟਰੇਟ ਆਫ ਲੇਡੀ, ਤਾਂ ਇਸਦਾ ਜਿਹੜਾ ਰਾਈਟਰ ਹੋਏਗਾ ਖੁਸ਼ਵੰਤ ਸਿੰਘ। ਅਤੇ ਫਿਰ ਵਿਦ ਵਾਰਮ ਡਜ਼ ਡਿਸਿਪਲਿਨ ਆਫ ਬਿਗੇਨ, ਇਸ ਦਾ ਆਫਿਸਰ ਆ ਜਾਏਗਾ। ਫਿਰ ਸੁਦਾ ਰੋਟ ਪ੍ਰੋਡਕਟ ਟੂ ਯੋਰ ਜੇ ਆਰ ਡੀ ਟਾਟਾ, ਠੀਕ ਹੈ, ਇਸ ਦਾ ਟਰੂ ਆ ਜਾਏਗਾ। ਇਵੇਂ ਤੁਸੀਂ ਅੱਗੇ ਸਾਰੇ ਕੁਸ਼ਚਨ ਵੇਖ ਸਕਦੇ ਹੋ, ਠੀਕ ਹੈ। ਛੇਵਾਂ, ਸੱਤਵਾਂ, ਅੱਠਵਾਂ, ਨੌਵਾਂ ਅਤੇ ਦਸਵਾਂ, ਠੀਕ ਹੈ। ਦਸਵੇਂ ਵਿੱਚ ਉਹਨਾਂ ਪੁੱਛਿਆ ਸੀ ਰਹੀਮ ਖਾਨ ਦਾ ਓਕੂਪੇਸ਼ਨ ਕੀ ਹੈ, ਤੁਸੀਂ ਦਾ ਓਕੂਪੇਸ਼ਨ ਰਹੀਮ ਖਾਨ ਵਾਜ਼ ਆ ਪੀਸੈਂਟ, ਹਾਊਏਵਰ ਹੀ ਵਾਜ਼ ਆ ਫਾਈਨ ਐਥਲੇਟ ਐਂਡ ਹੀ ਵੈਂਟ ਟੂ ਜੁਆਇਨ ਸਰਕਸ, ਠੀਕ ਹੈ। ਇਸ ਦਾ ਦੋ ਦੋ ਤਿੰਨ ਲਾਈਨਾਂ ਦੇ ਵਿੱਚ ਉੱਤਰ ਦੇਣਾ ਸੀ, ਇੱਕ ਨੰਬਰ ਦਾ ਕੁਸ਼ਚਨ ਸੀ ਤੁਹਾਡਾ। ਉਸ ਤੋਂ ਬਾਅਦ ਤੁਹਾਡੇ ਕੋਲ ਕੰਪਰੀਹੈਂਸ਼ਨ ਪੁੱਛੇ, ਸੋਰੀ ਸਟੇਂਜਾ ਪੁੱਛੇ ਗਿਆ ਸੈਵਨ ਦੇ ਵਿੱਚ, ਸਟੇਂਜਾ ਪਹਿਲਾਂ ਆਇਆ ਮਦਰ ਵਾਲਾ ਅਤੇ ਦੂਸਰਾ ਆਇਆ ਦਸ ਐਸਟਿਕਸ ਵਾਲਾ, ਦੋਵੇਂ ਦੇ ਵਿੱਚੋਂ ਤੁਹਾਨੂੰ ਇੱਕ ਕਰਕੇ ਵਿਖਾਵਾਂਗੇ ਅਸੀਂ, ਮਦਰ ਮਾਈ ਮਦਰ ਵਾਲਾ, ਠੀਕ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਪੁੱਛਿਆ ਸੀ ਕਿ ਇਸ ਕਿਸ ਪੋਇਮ ਦੇ ਵਿੱਚੋਂ ਇਹ ਸਟੇਂਜਾ ਆਇਆ, ਅਤੇ ਉਸਦਾ ਰਾਈਟਰ ਕੌਣ ਹੈ, ਅਤੇ ਪੋਇਮ ਦਾ ਨਾਂ ਹੈਗਾ ਇਹਦਾ ਮਦਰਸ ਡੇ ਐਂਡ ਰਾਈਟਰ ਹੈਗਾ ਇਹਦਾ ਸ਼ਿਵ ਕੇ ਕੁਮਾਰ। ਦੂਸਰਾ ਕੁਸ਼ਚਨ ਸੀ ਤੁਹਾਡਾ, ਵਟ ਡਜ਼ ਦਾ ਮਦਰ ਡਿਮਾਂਡ, ਮਦਰ ਦੀ ਡਿਮਾਂਡ ਕੀ ਹੈ, ਤਾਂ ਇਹਦਾ ਰਾਈਟ ਆਂਸਰ ਆ ਜਾਏਗਾ ਸ਼ੀ ਵੈਂਟਸ ਹਰ ਸੂਨ ਟੂ ਟੱਚ ਹਰ ਫੀਲ ਵਿਦ ਰਿਸਪੈਕਟ ਐਟ ਸਨਰਾਈਜ਼ ਐਵਰੀ ਡੇ, ਠੀਕ ਹੈ। ਇਸ ਦਾ ਰਾਈਟ ਆਂਸਰ ਸਾਹਮਣੇ ਤੁਸੀਂ ਵੇਖ ਸਕਦੇ ਹੋ। ਉਸ ਤੋਂ ਬਾਅਦ ਤੀਸਰਾ ਜਿਹੜਾ ਲਿਸਟ ਦ ਟੂ ਥਿੰਗਸ ਮੇਨਟੇਨ ਬਾਏ ਪੋਇਟ, ਥਿੰਗਸ ਦੱਸਣੀਆਂ ਜਿਹੜੀਆਂ ਮੇਨਟੇਨ ਕੀਤੀਆਂ ਨੇ ਪੋਇਟ ਵੀ ਸਪੋਜ ਟੂ ਡੂ ਐਟ ਆ ਸਨਰਾਈਜ਼। ਇਸ ਦਾ ਰਾਈਟ ਆਂਸਰ ਤੁਸੀਂ ਲਿਖੋਗੇ ਇੱਥੇ, ਤੁਸੀਂ ਵੇਖ ਸਕਦੇ ਹੋ ਆਹ ਵਾਲਾ। ਆ ਵਾ ਇਸ ਦਾ ਰਾਈਟ ਆਂਸਰ ਜੀ ਸਿਰੇ ਦਾ, ਐਟ ਈਚ ਸਨਰਾਈਜ਼ ਵੀ ਸ਼ੁਲਡ ਟੱਚ ਔਰ ਮਦਰ, ਠੀਕ ਹੈ। ਇਸੇ ਤਰ੍ਹਾਂ ਹੁਣ ਤੁਸੀਂ ਕੁਸ਼ਚਨ ਵੇਖੋ, ਫਿਗਰ ਇਨ ਸਪੀਚ ਪੁੱਛੀ ਹੈ ਚੌਥੇ ਕੁਸ਼ਚਨ ਦੇ ਵਿੱਚ। ਨੇਮ ਦਾ ਫਿਗਰ ਸਪੀਚ ਲਾਈਕ ਅ ਡਿਵੋਟ ਥਰੂਇੰਗ ਅ ਹੈੱਡ ਫੁੱਲ ਆਫ ਯੈਲੋ ਰਾਈਜ ਟੂ ਦਾ ਬੋਨਸ, ਇਸ ਦਾ ਰਾਈਟ ਆਂਸਰ ਇਹਦੇ ਵਿੱਚ ਫਿਗਰ ਇਨ ਸਪੀਚ ਯੂਜ ਕੀਤੀ ਹੈ ਸਮਿਲ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਅੱਗੇ ਸੈਂਟਰਲ ਆਈਡੀ ਤੁਹਾਡੇ ਕੋਲ ਪੁੱਛਿਆ ਗਿਆ, ਸੈਂਟਰਲ ਆਈਡੀ ਦੇ ਵਿੱਚ ਤੁਹਾਨੂੰ ਕਰਾਵਾਂਗੇ ਲਾਈਨਸ ਰਿਟਨ ਇਨ ਰਿਲੀਜ਼ ਪੀਂਗ ਦਾ ਲਿਟਲ ਬਲੈਕ ਬੋਏ, ਦੋਵੇਂ ਕਰਾਵਾਂਗੇ, ਠੀਕ ਹੈ। ਅਤੇ ਸਾਡਾ ਚੈਨਲ ਨੂੰ ਜਿਹੜਾ ਜੁਆਇਨ ਕਰ ਲਓ ਟੈਲੀਗ੍ਰਾਮ ਤੇ, ਉੱਥੇ ਤੁਹਾਨੂੰ PDF ਦੇ ਦਾਂਗੇ, ਠੀਕ ਹੈ। ਕੁਚੂ ਡਾਟ PSC ਵੀ ਆ ਰਿਹਾ ਤੁਹਾਡਾ ਸੈਂਟਰਲ ਆਈਡੀ, ਆ ਇਹ ਵਾਲਾ ਹੈਗਾ ਤੁਹਾਡਾ ਲਾਈਨਸ ਰਿਟਨ ਅਰਲੀ ਸਪਰਿੰਗ ਵਾਲਾ। ਤਾਂ ਹੁਣ ਜੋ ਕਿ ਤੁਹਾਨੂੰ ਸੈਂਟਰਲ ਆਈਡੀਆ ਬਹੁਤ ਵਧੀਆ ਤਰੀਕੇ ਨਾਲ ਦੇਖ ਰਿਹਾ ਹੋਵੇਗਾ, ਜੇਕਰ ਤੁਸੀਂ ਸਕਰੀਨਸ਼ਾਟ ਲੈਣਾ ਚਾਹੁੰਦੇ ਸਕਰੀਨਸ਼ਾਟ ਲੈ ਸਕਦੇ ਹੋ, ਜਾਂ ਫਿਰ ਇਸਦਾ ਵੀਡੀਓ ਨੂੰ ਪੌਜ਼ ਕਰਕੇ ਯਾਦ ਕਰਨਾ ਚਾਹੁੰਦੇ ਕਰ ਸਕਦੇ ਹੋ, ਠੀਕ ਹੈ। ਅਤੇ ਇਸ ਤੋਂ ਅੱਗੇ ਜਿਹੜਾ ਤੁਹਾਡੇ ਕੋਲ ਜਿਹੜਾ ਦੂਜਾ ਸੈਂਟਰਲ ਆਈਡੀਆ ਸੀ ਦਾ ਲਿਟਲ ਬਲੈਕ ਬੋਏ, ਉਸ ਨੂੰ ਤੁਹਾਨੂੰ ਕਰਾਉਣੇ ਆ, ਪਹਿਲਾਂ ਤੁਸੀਂ ਪੇਪਰ ਵਾਚ ਕਰ ਲਓ, ਠੀਕ ਹੈ। ਜਿਹੜੇ ਤੁਹਾਡੇ ਕੋਲ ਕੁਸ਼ਚਨ ਆਇਆ, ਠੀਕ ਹੈ, ਉਹ ਕੁਸ਼ਚਨ ਯਾਦ ਕਰ ਲਓ, ਸੋਰੀ ਵੇਖ ਲਓ ਇੱਕ ਵਾਰੀ, ਤੁਹਾਨੂੰ ਯਾਦ ਕਰਾਉਣੇ ਆ ਅਸੀਂ। ਇੱਕ ਇਹ PDF ਬਹੁਤ ਵਾਰ ਬਲਰ ਹੁੰਦੀ ਹੈ, ਕਿਉਂਕਿ PDF ਦੇ ਐਡਿਟ ਬਹੁਤ ਗੰਦੇ ਤਰੀਕੇ ਨਾਲ ਕੀਤਾ ਗਿਆ, ਇਸ ਦੇ ਵਿੱਚ ਬਲਰਿੰਗ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਵਾਰ ਵਾਰ।
ਤਾਂ ਆਹ ਕੁਸ਼ਚਨ ਤੁਸੀਂ ਵੇਖ ਸਕਦੇ ਹੋ। ਠੀਕ ਹੈ, ਇੱਕ ਵਾਰ ਫਿਰ ਅਸੀਂ ਸਾਰਾ ਪੇਪਰ ਸਕਰੋਲ ਡਾਊਨ ਕਰਕੇ ਤੁਹਾਨੂੰ ਵਿਖਾ ਦਿੰਦੇ ਹਾਂ, ਅਤੇ ਇਸ ਤੋਂ ਬਾਅਦ ਜਿਹੜੇ ਆਹ ਕੁਸ਼ਚਨ ਤੁਹਾਡੇ ਆ ਅਤੇ ਜਿਹੜੇ ਸੈਂਟਰਲ ਆਈਡੀ ਆ ਇਹ ਤੁਹਾਨੂੰ ਕਰਾਉਣੇ ਆ, ਅਤੇ ਪਲੱਸ ਤੁਹਾਡੀ ਜਿਹੜੀ ਲੈਟਰ ਸੀ ਮੈਂ ਤੁਹਾਨੂੰ ਕਿਹਾ ਸੀ ਅੰਕਲ ਬਰਥਡੇ ਵਾਲੀ, ਉਹ ਵੀ ਤੁਹਾਨੂੰ ਕਰਾ ਦਿੰਦੇ ਹਾਂ। ਠੀਕ ਹੈ, ਅਤੇ ਵੀਡੀਓ ਤਾਂ ਬਣੇ ਰਹਿਣਾ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਪੇਪਰ ਇੱਕ ਵਾਰ ਫਿਰ ਅਸੀਂ ਸਕਰੋਲ ਕਰਕੇ ਤੁਹਾਨੂੰ ਸਾਰਾ ਵਿਖਾ ਦਿੰਦੇ ਹਾਂ, ਅਤੇ ਇਹਨੀ ਪੀਡੀਐਫ ਲਈ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰ ਲਓ। ਅਤੇ ਚਲੋ ਬੱਚੋ ਕਰਦੇ ਹਾਂ ਆਪਾਂ ਹੁਣ ਇਸ ਤੋਂ ਬਾਅਦ ਜਿਹੜਾ ਤੁਹਾਡੇ ਆਂਸਰ ਆ ਕੁਸ਼ਚਨ ਵਾਲਿਆਂ ਦੇ, ਜਿਹੜੇ ਲੈਸਨਾਂ ਦੇ ਵਿੱਚ ਕੁਸ਼ਚਨਾਂ ਦੇ ਆਂਸਰ। ਤਾਂ ਹਾਂਜੀ ਪਿਆਰੇ ਬੱਚੋ, ਸਕਰੀਨ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਆਂਸਰ 11th ਜਨਰਲ ਇੰਗਲਿਸ਼ ਐਗਜ਼ਾਮ 2023। ਠੀਕ ਹੈ, ਦਾ ਲਿਟਲ ਬਲੈਕ ਬੋਏ ਦਾ ਸੈਂਟਰਲ ਆਈਡੀ ਤੁਸੀਂ ਸਕਰੀਨ ਦੇ ਉੱਪਰ ਵੇਖ ਸਕਦੇ ਹੋ। ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਜੋ ਕਿ ਪੀਡੀਐਫ ਨੂੰ ਤਿਆਰ ਕੀਤਾ ਹੈ, ਇਸ ਪੀਡੀਐਫ ਲਈ ਜੇਕਰ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰੋ, ਅਤੇ ਉੱਥੇ ਜੇਕਰ ਤੁਸੀਂ ਜੁਆਇਨ ਕਰਦੇ ਹੋ ਤੁਹਾਨੂੰ ਅਸੀਂ ਪੀਡੀਐਫ ਦੇ ਦਾਂਗੇ। ਤਾਂ ਸਭ ਤੋਂ ਪਹਿਲਾਂ ਤੁਸੀਂ ਸੈਂਟਰਲ ਆਈਡੀ ਵੇਖ ਲਓ, ਉਸ ਤੋਂ ਬਾਅਦ ਤੁਹਾਨੂੰ ਸਾਰੇ ਕੁਸ਼ਚਨ ਕਰਾਵਾਂਗੇ ਜੋ ਕਿ ਤੁਸੀਂ ਉੱਥੇ ਵੇਖ ਕੇ ਆਏ ਹੋ ਪੀਡੀਐਫ ਦੇ ਵਿੱਚ ਜੋ ਪੇਪਰ ਦੇ ਵਿੱਚ ਆਏ ਹੋਏ ਸੀ, ਅਤੇ ਨਾਲ ਹੀ ਤੁਹਾਨੂੰ ਹਿੰਦੀ ਦੇ ਵਿੱਚ ਵੀ ਵੇਖਣ ਨੂੰ ਮਿਲਣਗੇ, ਕਿਉਂਕਿ ਤੁਸੀਂ ਜੇਕਰ ਕਿਸੇ ਬੱਚੇ ਨੂੰ ਦਿੱਕਤ ਹੁੰਦੀ ਹੈ ਸਮਝਣ ਦੇ ਵਿੱਚ ਤਾਂ ਉਸ ਹਿੰਦੀ ਦੇ ਵਿੱਚ ਪੜ੍ਹ ਕੇ ਇਸ ਨੂੰ ਯਾਦ ਕਰ ਸਕਦਾ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਕੁਸ਼ਚਨ ਜਿਹੜਾ ਆਇਆ ਹੋਇਆ ਸੀ 8 ਪਾਰਟ ਦੇ ਵਿੱਚ ਆਏ ਸੀ, ਤੁਸੀਂ 3 ਕੁਸ਼ਚਨ ਕਰਨੇ ਸੀ, ਤੁਹਾਨੂੰ 5 ਦਿੱਤੇ ਸੀ, 5 ਦੇ 5 ਕਰਕੇ ਵੀ ਦੇਵਾਂਗੇ। ਤਾਂ ਵੂ ਪੋਰਟਰੇਟ ਹੰਗ ਅਬਵ ਦਾ ਮੈਂਟਲ ਪੀਸ ਇਨ ਦਾ ਡਰਾਇੰਗ ਰੂਮ। ਠੀਕ ਹੈ, ਅਤੇ ਇਸ ਦਰਾਂ ਅਸੀਂ ਲਿਖਣਾ ਸੀ ਇਟ ਵਾਜ਼ ਅ ਪੋਰਟਰੇਟ ਆਫ ਦਾ ਔਥਰ ਗ੍ਰੈਂਡਫਾਦਰ। ਠੀਕ ਹੈ, ਦੈਟ ਹੰਗ ਅਬਵ ਦਾ ਮੈਂਟਲ ਪੀਸ। ਠੀਕ ਹੈ, ਉਸਦੀ ਜਿਹੜੀ ਰੂਮ ਦੇ ਵਿੱਚ ਡਰਾਇੰਗ ਲੱਗੀ ਹੋਈ ਸੀ ਉਸਦੇ ਪੋਰਟਰੇਟ ਦੇ ਗ੍ਰੈਂਡਫਾਦਰ ਦੀ, ਅਤੇ ਉਸਨੇ ਜਿਹੜੇ ਪੱਗ ਪਹਿਣੀ ਹੋਈ ਸੀ, ਟਰਬਨ ਬਿੱਗ ਵੱਡੀ ਪੱਗ ਪਹਿਣੀ ਹੋਈ ਸੀ, ਲੂਜ਼ ਫਿਟਿੰਗ ਕਲੋਥਸ ਪਹਿਣੇ ਹੋਏ ਸੀ। ਠੀਕ ਹੈ, ਹੀ ਹੈਡ ਅ ਲੌਂਗ ਵਾਈਟ ਬ੍ਰੈਡ। ਠੀਕ ਹੈ, ਉਹਦੀ ਜਿਹੜੀ ਲੰਬੀ ਸਫੇਦ ਦਾੜੀ ਸੀ, ਅਤੇ ਹੀ ਲੁੱਕਡ ਐਟ ਲਾਸਟ ਲੇਟੈਸਟ 100 ਈਅਰ ਓਲਡ। ਉਹ ਮਤਲਬ ਕਿ ਕਮ ਸੇ ਕਮ ਜਿਹੜਾ 100 ਵਰਸ਼ਾਂ ਤੋਂ ਦਿਖ ਰਿਹਾ ਸੀ, ਜਿਵੇਂ ਕਿ 100 ਸਾਲਾਂ ਦਾ ਹੋਵੇ। ਉਸ ਤੋਂ ਬਾਅਦ ਅਗਲਾ ਤੁਹਾਡੇ ਕੋਲ, ਵਾਈਟ ਡਜ਼ ਕਲਾਮ ਵਟ ਵੈਂਟ ਇੰਡੀਆ ਟੂ ਬੀ ਸਟਰੋਂਗ ਮਿਲੀਟਰੀ ਐਂਡ ਇਕਨੋਮਿਕ ਪਾਵਰ। ਠੀਕ ਹੈ, ਇਸ ਦਾ ਰਾਈਟ ਆਂਸਰ ਤੁਸੀਂ ਵੇਖ ਸਕਦੇ ਹੋ, ਅਤੇ ਨਾਲ ਹਿੰਦੀ ਵਿੱਚ ਵੇਖ ਸਕਦੇ ਹੋ। ਅਤੇ ਜੇਕਰ ਕੋਈ ਬੱਚਾ ਪੜ੍ਹਨਾ ਚਾਹੁੰਦਾ, ਇੱਥੇ ਵੀਡੀਓ ਪੋਜ਼ ਕਰਕੇ ਪੜ੍ਹ ਸਕਦਾ, ਜੇਕਰ ਨਾ ਸਕਰੀਨਸ਼ੋਟ ਲੈਣਾ ਚਾਹੁੰਦਾ ਸਕਰੀਨਸ਼ੋਟ ਲੈ ਸਕਦਾ। ਅੱਗੇ ਅੱਗੇ ਸਕਰੋਲ ਕਰਦੇ ਜਾਂਦੇ ਅਸੀਂ ਕੁਸ਼ਚਨ। ਤੀਜਾ ਕੁਸ਼ਚਨ ਤੁਸੀਂ ਵੇਖ ਸਕਦੇ ਹੋ, ਇਹ ਤੁਹਾਡਾ ਆਇਆ ਸੀ ਜੈਂਡਰ ਬਿਆਸ ਲੈਸਨ ਦੇ ਵਿੱਚੋਂ, ਵਿੱਚ ਐਡਵਰਟਾਈਜਮੈਂਟ ਜਿਹੜਾ ਔਥਰ ਸੀ ਔਨ ਦਾ ਨੋਟਿਸ ਬੋਰਡ। ਸਾਰਾ ਪੇਪਰ ਹੱਲ ਕਰਕੇ ਤੁਹਾਨੂੰ ਦਿਖਾਤਾ ਹੈ, ਤਾਂ ਪਲੀਜ਼ ਵੀਡੀਓ ਨੂੰ ਲਾਈਕ ਕੀਤੇ ਬਿਨਾਂ ਬਿਲਕੁਲ ਨਹੀਂ ਜਾਣਾ, ਕਿਉਂਕਿ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ। ਠੀਕ ਹੈ, ਉਸ ਤੋਂ ਅੱਗੇ ਤੁਸੀਂ ਵੇਖ ਸਕਦੇ ਹੋ ਲਿਬਰਟੀ ਐਂਡ ਡਿਸਿਪਲਿਨ ਵਾਲੇ। ਠੀਕ ਹੈ, ਇਸ ਦੇ ਵਿੱਚ ਆਇਆ ਸੀ ਹਾਊ ਡਜ਼ ਦਾ ਔਥਰ ਡਿਫਾਈਨ ਲਿਬਰਟੀ। ਅਤੇ ਫਿਰ ਤੁਹਾਡੇ ਕੋਲ ਪੰਜਵਾਂ ਕੁਸ਼ਚਨ ਆਇਆ ਸੀ, ਵਟ ਡਜ਼ ਦਾ ਔਥਰ ਟੈਲ ਅਬਾਊਟ ਦਾ ਗਲੋਬਲਾਈਜੇਸ਼ਨ, ਮਤਲਬ ਕਿ ਗਲੋਬਲਾਈਜੇਸ਼ਨ ਦਾ ਮਤਲਬ ਕੀ ਹੁੰਦਾ ਹੈ, ਤਾਂ ਉਸਨੂੰ ਤੁਸੀਂ ਇੰਗਲਿਸ਼ ਵਿੱਚ ਵਾਚ ਕਰ ਲਓ। ਉਸ ਤੋਂ ਬਾਅਦ ਤੁਹਾਡੇ ਕੋਲ ਪਰਮਵੀਰ ਚੱਕਰ ਦੇ ਜਿਹੜੇ ਪੰਜ ਜਿਹੜੇ ਸੀ ਰੈਸੀਪੈਂਟੈਂਸ ਉਹਨਾਂ ਦੇ ਨਾਂ ਪੁੱਛੇ ਗਏ ਸੀ, ਉਹ ਵੀ ਤੁਹਾਨੂੰ ਪੰਜ ਦੱਸ ਦਈਏ। ਮੇਜਰ ਸੋਮਨਾਥ ਸ਼ਰਮਾ, ਅਤੇ ਉਸ ਤੋਂ ਬਾਅਦ ਹਵਲਦਾਰ ਅਬਦੁਲ ਹਾਮਿਦ, ਫਲਾਇੰਗ ਆਫ ਦਾ ਨਿਰਮਲਜੀਤ ਸਿੰਘ ਸਾਇਕੂ, ਕੈਪਟਨ ਵਿਕਰਮ ਬਤਰਾ, ਇਹ ਸਾਰੇ ਤੁਸੀਂ ਯਾਦ ਕਰਨੇ ਆ। ਠੀਕ ਹੈ, ਇਹ ਵੈਰੀ ਵੈਰੀ ਇੰਪੋਰਟੈਂਟ, ਬਹੁਤ ਵਾਰ ਪੁੱਛਿਆ ਗਿਆ ਪਿਛਲੇ ਸਾਲਾਂ ਦੇ ਵਿੱਚ ਵੀ, ਇਸ ਨੂੰ ਯਾਦ ਕਰ ਲਓ। ਫਿਰ ਤੁਹਾਡੇ ਕੋਲ ਜਿਹੜਾ ਆਇਆ ਸੀ ਐਸਟ੍ਰੋਲੋਜਰ ਡੇ ਵਾਲਾ, ਇਹ ਤੁਹਾਡੇ ਸੈਕਸ਼ਨ ਬੀ ਰਹੀ। ਇਸ ਤੋਂ ਅੱਗੇ ਤੁਸੀਂ ਵੇਖ ਸਕਦੇ ਹੋ ਹਿੰਦੀ ਵਿੱਚ ਤੁਹਾਨੂੰ ਦੇਖਿਆ ਹੋਵੇਗਾ। ਉਸ ਤੋਂ ਅੱਗੇ ਫਿਰ ਵਾਈ ਵਾਜ਼ ਰਹੀਮ ਖਾਨ ਨੋਟ ਏਬਲ ਟੂ ਜੁਆਇਨ ਦਾ ਸਰਕਸ। ਉਸ ਤੋਂ ਬਾਅਦ ਥੱਲੇ ਵੇਖ ਸਕਦੇ ਚੌਥਾ ਕੁਸ਼ਚਨ ਤੁਸੀਂ, ਵਟ ਇਕੁਆਲਿਟੀ ਮੇਡ ਹੋਈ ਦੀ ਇਕੁਆਲਿਟੀ ਕੀ ਸੀ, ਅਤੇ ਉਹ ਪੈਪੂਲਰ ਵਿਦ ਮੈਨ ਐਂਡ ਵੂਮੈਨ, ਇਹ ਬੜਾ ਕੁਸ਼ਚਨ ਆਇਆ ਹੈ, ਇਸ ਦਾ ਰਾਈਟ ਆਂਸਰ ਤੁਸੀਂ ਵੇਖ ਸਕਦੇ ਹੋ। ਫਿਰ ਤੁਹਾਡਾ ਕੁਸ਼ਚਨ ਹੈਗਾ ਸੀ ਵੱਡਾ ਜਿਹੜਾ ਲੌਂਗ ਕੁਸ਼ਚਨ, ਜਿਹੜਾ ਤੁਸੀਂ ਆਂਸਰ ਦਿੱਤਾ ਸੀ ਗ੍ਰੈਂਡ ਮਦਰ ਦਾ ਚਰੈਕਟਰ ਸਕੈਚ, ਅਤੇ ਦੂਸਰਾ ਜਾ ਵਿੱਚ ਕੁਸ਼ਚਨ ਆਇਆ ਸੀ ਵਟ ਇਜ਼ ਅ ਕਲਾਮ ਵਿਜ਼ਨ ਫੋਰ ਇੰਡੀਆ। ਦੋਨੋਂ ਤੁਹਾਨੂੰ ਕਰਕੇ ਵਿਖਾਉਣੇ ਆ, ਪਹਿਲਾਂ ਗ੍ਰੈਂਡ ਮਦਰ ਵਾਲਾ ਵੇਖੋ। ਆਈ ਹੋਪ ਕਿ ਤੁਸੀਂ ਵੀਡੀਓ ਦੇ ਬਣੇ ਹੋਵੋਗੇ, ਮੈਨੂੰ ਉਮੀਦ ਹੈ, ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਕਲਾਮ ਵਿਜ਼ਨ ਫੋਰ ਇੰਡੀਆ ਆਹ ਵਾਲਾ, ਇਹਦਾ ਛੋਟਾ ਜਿਹਾ ਅੰਸਰ ਉੱਪਰਲੇ ਦਾ ਗ੍ਰੈਂਡ ਮਦਰ ਵਾਲੇ ਦਾ, ਆਹ ਵਾਲਾ ਪਾਰਟ ਸੀ ਅਤੇ ਆਹ ਵਾਲਾ ਸੀ। ਠੀਕ ਹੈ,
ਜੇਕਰ ਪੀ ਡੀ ਐਫ ਚਾਹੀਦੀ ਸਾਡਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ, ਉਸ ਤੋਂ ਬਾਅਦ ਤੁਹਾਡੇ ਕੋਲ ਆਂਸਰ ਹੀ ਹੈ। ਜਿਹੜਾ 11 ਪਾਰਟ ਸੀ ਤੁਹਾਡਾ ਉਹਦੇ ਵਿੱਚ ਡਾਕਟਰ ਸਕੈਚ ਪੁੱਛਿਆ ਗਿਆ ਸਟੋਰਜਰ ਦਾ ਅਤੇ ਨਾਲ ਹੀ ਦ ਪੰਚ ਪਰਮੇਸ਼ਵਰ ਦਾ ਸੈਗਨੀਫਾਈਸ, ਦੋਨੇ ਤੁਹਾਨੂੰ ਕੈਪਟਿਵ ਖਾਣੇ ਪਹਿਲਾਂ ਸਟੋਰਜਰ ਦਾ ਵੇਖੋ ਤੁਸੀਂ ਡਾਕਟਰ ਸਕੈਚ, ਉਸ ਤੋਂ ਬਾਅਦ ਤੁਸੀਂ ਪੰਚ ਪਰਮੇਸ਼ਵਰ ਕਹਾਣੀ ਦਾ ਸੈਗਨੀਫਾਈ ਤੁਹਾਨੂੰ ਵਿਖਾ ਦਿਆਂਗੇ। ਅਤੇ ਹੁਣ ਤੁਸੀਂ ਦ ਪੰਚ ਪਰਮੇਸ਼ਵਰ ਜਿਹੜੀ ਕਹਾਣੀ ਤੁਹਾਡੀ ਉਹਦਾ ਸੈਗਨੀਫਾਈ ਉਹ ਵੀ ਤੁਹਾਨੂੰ ਵਿਖਾਤਾ, ਠੀਕ ਹੈ। ਤਾਂ ਜੇਕਰ ਤੁਹਾਨੂੰ ਸਾਡੀ ਇਹ ਵਾਲੀ ਪੀ ਡੀ ਐਫ ਚਾਹੀਦੀ ਸਾਡਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ, ਤਾਂ ਵੀਡੀਓ ਨੂੰ ਐਂਡ ਤੱਕ ਵਾਚ ਕਰਨੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਆਪਾਂ ਅਗਲੀ ਵੀਡੀਓ ਵਿੱਚ, ਜਦੋਂ ਤੱਕ ਬਾਏ ਬਾਏ, ਟੇਕ ਕੇਅਰ, ਜੈ ਹਿੰਦ, ਵੰਦੇ ਮਾਤਰਮ।